ਵਾਹ ਜੀ ਵਾਹ, ਬੰਦੇ ਪਰੇ ਤੋਂ ਪਰੇ ਪਏ ਨੇ। ਇਹ ਬਾਬਾ ਜੀ ਆਏ ਤਾਂ ਇਹ ਗਲੀ ਦੇ ਕੁੱਤੇ ਪਏ ਸੀਗੇ ਇੱਥੇ, ਹੈ ਨਾ, ਜਿਨ੍ਹਾਂ ਨੂੰ ਗਲੀ ਦੇ ਕੁੱਤੇ ਹੀ ਕਹਿੰਦੇ ਨੇ ਅਸਲ 'ਚ, ਠੀਕ ਹੈ ਨੀ। ਅਤੇ ਸਵੇਰ ਹਜੇ ਹੋਈ ਆ, ਅਸੀਂ ਲੁਧਿਆਣੇ ਆਏ ਹਾਂ ਅਤੇ ਬਾਬਾ ਜੀ ਨੇ ਆਉਂਦਿਆਂ ਹੀ ਇਹਨਾਂ ਨੂੰ ਉਹ ਇੱਕ ਬਾਬਾ ਜੀ ਉਹ ਥੱਲੇ ਰਹਿ ਗਿਆ ਗੱਡੀ ਦੇ ਵੜਿਆ ਹੋਇਆ, ਅਤੇ ਸਾਰਿਆਂ ਨੂੰ ਕਹਿੰਦੇ ਮੇਰੇ ਨਹੀਂ ਰੱਖੇ ਹੋਏ, ਮੈਂ ਰੋਜ਼ ਆਣ ਕੇ ਇਹਨਾਂ ਨੂੰ ਬਿਸਕੁਟ ਦੇ ਕੇ ਜਾਂਦਾ ਹਾਂ, ਅਤੇ ਕੁਛ ਨਹੀਂ ਕਹਿੰਦੇ। ਆਹ ਦੇਖੋ ਬਿਸਕੁਟ ਇੱਥੇ ਰੱਖੇ ਹੋਏ ਆ, ਬਾਕੀ ਜਾਣੇ ਖਾ ਲਏ ਆ, ਜਿਹੜੇ ਨਹੀਂ ਖਾਂਦੇ ਉਹਨਾਂ ਨੂੰ ਧੱਕੇ ਨਾਲ ਮੂੰਹ 'ਚ ਪਵਾਉਂਦੇ ਆ। ਅਤੇ ਬਹੁਤ ਵਧੀਆ ਲੱਗਾ, ਬਹੁਤ ਹੀ ਜ਼ਿਆਦਾ ਵਧੀਆ ਲੱਗਾ ਮੈਨੂੰ, ਕਿਉਂਕਿ ਮੈਂ ਉਹ ਚੀਜ਼ ਨੂੰ ਤਾਂ ਇਹਨੂੰ ਹਾਈਲਾਈਟ ਕਰਨਾ ਚਾਹੁੰਦਾ ਸੀਗਾ, ਕਿਉਂਕਿ ਮੈਂ ਵੀ ਇੱਕ ਪੱਪੀ ਰੱਖਿਆ ਆ ਐਸਟਨ, ਅਤੇ ਮੈਨੂੰ ਸਗੋਂ ਪਹਿਲਾਂ ਇਹਨਾਂ ਦੇ ਕੋਲੋਂ ਲੰਘਦੇ ਨੂੰ ਡਰ ਲੱਗਿਆ ਸੀਗਾ, ਹੁਣ ਆਮ ਫੀਲਿੰਗ ਸੇਫ ਕਿ ਅੰਕਲ ਨੇ ਆਣ ਕੇ ਮੇਰਾ ਉਹ ਇੱਕ ਜਿਹੜਾ ਇੱਕ ਗਲੀ ਦੇ ਕੁੱਤੇ ਵਾਲਾ ਡਰ ਹੁੰਦਾ ਉਹ ਕੱਢਿਆ। ਬਟ ਇਟਸ ਸੋ ਨਾਈਸ, ਲੁਧਿਆਣੇ ਦੇ ਵਿੱਚ ਇੱਦਾਂ ਦੇ ਇਨਸਾਨ ਤੁਸੀਂ ਨਹੀਂ ਮੈਨੂੰ ਲੱਗਦਾ ਅੱਜ ਤੱਕ ਕੋਈ ਦੇਖਿਆ ਹੋਊਗਾ, ਕਿ ਅੰਕਲ ਰੋਜ਼ ਸਵੇਰੇ ਆਉਂਦਾ ਆ ਅਤੇ ਇੱਥੇ ਆਣ ਕੇ ਸੇਵਾ ਕਰਕੇ ਜਾਂਦਾ ਆ। ਸੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਤੁਹਾਡੀ ਪਿੱਠ ਸੁਣਨ ਡਈ ਆ, ਜਿਹੜੀ ਇੱਕ ਕਹਾਵਤ ਬਣੀ ਆ ਕਿ ਬੰਦੇ ਦੀ ਪਿੱਠ ਸੁਣਦੀ ਆ, ਤੁਹਾਡੀ ਪਿੱਠ ਸੁਣਦੀ ਪਈ ਆ ਕਿ ਤੁਸੀਂ ਬਹੁਤ ਭਲੇ ਇਨਸਾਨ ਹੋ, ਅਤੇ ਵਾਹਿਗੁਰੂ ਤੁਹਾਨੂੰ ਖੁਸ਼ ਅਤੇ ਚੜ੍ਹਦੀ ਕਲਾ 'ਚ ਰੱਖੇ।